ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡਾ ਆਪਣਾ ਪਰਮਜੀਤ ਸਿੰਘ ਜੀ ਆਇਆਂ ਅੱਜ ਦੀ ਵੀਡੀਓ ਦੇ ਵਿੱਚ। ਅਤੇ ਅੱਜ 14 ਤਰੀਕ ਆ ਜੀ, ਅੱਜ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣੇ ਆ ਅਤੇ ਖਾਲਸਾ ਸਾਜਨਾ ਦਿਵਸ ਨੂੰ ਪਹਿਲਾਂ ਨਗਰ ਕੀਰਤਨ ਜਮਸ਼ੇਦ ਖਾਸ 'ਚ ਆਰੰਭ ਤਾਂ ਹੋਣੀ ਆ। ਸੋ ਜੁੜ ਰਹੀਓ ਨਾਲ, ਸਾਰਾ ਪ੍ਰੋਗਰਾਮ ਤੁਹਾਨੂੰ ਇਸੇ ਚੈਨਲ 'ਤੇ ਦਿਖਾਵਾਂਗੇ। ਆਪਾਂ ਬਿਲਕੁਲ ਪਹੁੰਚ ਗਏ ਹਾਂ ਗੁਰਦੁਆਰਾ ਸਾਹਿਬ ਦੇ ਬਾਹਰ ਹੀ। ਸਾਡੇ ਗ੍ਰੰਥੀ ਸਿੰਘ ਜਸਵਿੰਦਰ ਸਿੰਘ ਜੀ ਆ ਰਹੇ ਆ। ਹੋਰ ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਦਾਂ ਸਿਹਤਾਂ ਜੀ? ਵਧਾਈਆਂ ਬਹੁਤ ਬਹੁਤ ਜੀ, ਤੁਹਾਨੂੰ ਬਹੁਤ ਬਹੁਤ ਜੀ। ਇਹ ਆਪਣੇ ਗ੍ਰੰਥੀ ਸਿੰਘ ਜੰਝ ਘਰ ਗੁਰੂ ਘਰ ਦੇ, ਅਤੇ ਚੱਲਦੇ ਅੱਗੇ ਇੱਧਰ ਪਾਲਾ ਅੰਕਲ ਜੀ ਬੈਠੇ। ਪਾਲਾਂਗੇ, ਸਤਿ ਸ਼੍ਰੀ ਅਕਾਲ। ਲਓ ਜੀ, ਗੁਰਦੁਆਰਾ ਸਾਹਿਬ ਦੇ ਆਪਾਂ ਬਾਹਰ ਪਹੁੰਚ ਗਏ ਹਾਂ। ਉਹਨੇ ਤੁਹਾਨੂੰ ਦਰਸ਼ਨ ਮਿਲੇ। ਬਾਬਾ ਬਿਲਕੁਲ ਜੀ, ਮੇਨ ਗੇਟ 'ਤੇ ਖੜ੍ਹੇ ਗੁਰਦੁਆਰਾ ਸਾਹਿਬ ਦੇ, ਚੱਲਦੇ ਅੰਦਰ ਸਾਨੂੰ ਕਰਾਉਂਦੇ ਹਾਂ ਦਰਸ਼ਨ ਸਾਰੇ। ਉੱਥੇ ਸਾਡਾ ਨੋਨੀ ਵੀਰ, ਹਾਂਜੀ ਜੀ, ਕੀ ਹਾਲ ਆ? ਠੀਕ ਹੋ? ਇੱਥੇ ਸਾਡੇ ਵਾਲੀਆ ਜੀ, ਵਧੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਕੀ ਹਾਲ ਚਾਲ ਆ? ਵਧਾਈਆਂ ਬਹੁਤ ਬਹੁਤ ਜੀ ਤੁਹਾਨੂੰ, ਵੱਡੇ ਭਰਾਵਾਂ ਨੂੰ ਜੀ, ਗੁਰੂ ਮਹਾਰਾਜ ਦੀਆਂ ਲੱਖ ਲੱਖ ਵਧਾਈਆਂ ਸਾਰੀ ਸੰਗਤ ਨੂੰ। ਬਿਲਕੁਲ, ਚੱਲਦੇ ਆ ਅੰਦਰ। ਪਾਠਾਂ ਦੇ ਭੋਗ ਪੈ ਚੁੱਕੇ ਆ ਜੀ, ਅਤੇ ਚਾਹ ਪਾਣੀ ਲੰਗਰ ਚੱਲ ਰਹੇ ਆ, ਬੈਂਡ ਵਾਲੇ ਆ ਚੁੱਕੇ ਆ। ਸੋ ਤਿਆਰੀਆਂ ਆ ਲੰਗਰ ਕੀਰਤਨ ਰੰਭਤਾ ਦੀਆਂ, ਇਸ ਤੋਂ ਬਾਅਦ ਚੱਲਦੇ ਹਾਂ ਆਪਾਂ ਲੰਗਰ ਕੀਰਤਨ ਦੇ ਨਾਲ ਨਾਲ। ਜੁੜ ਰਹੀਓ ਨਾਲ, ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਲਿਓ, ਜ਼ਰੂਰ ਕਰਿਓ। ਤਾਂ ਇੱਧਰ ਸੇਵਾਦਾਰ ਆ ਗਏ ਝਾੜੂ ਵਾਲੇ, ਸਾਡੀ ਡੀ ਜੀ ਭੈਣ ਜੀ ਆ ਗਏ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹੁੰਚ ਗਏ ਭੈਣ ਜੀ?
ਅੰਦਰ ਰਾਮਤਾ ਦੀ ਅਰਦਾਸ ਬੇਨਤੀ ਹੋ ਰਹੀ ਆ, ਬਾਹਰ ਸੰਗਤਾਂ ਤਿਆਰ ਪਰ ਤਿਆਰ, ਗੁਰੂ ਸਾਹਿਬ ਲਈ ਪਾਲਕੀ ਸਜੀ ਖੜੀ ਆ ਜੀ। ਸੋ ਸਾਰੀਆਂ ਸੰਗਤਾਂ ਉਡੀਕ ਕਰ ਰਹੀਆਂ ਆ ਨਗਰ ਕੀਰਤਨ ਦੀ, ਰਾਮਤਾ ਦੀ। ਨਗਰ ਕੀਰਤ ਦੇ ਰੂਪ ਵਿੱਚ ਮਨਾ ਰਹੇ ਹਾਂ। ਸੋ ਇਹ ਰਾਮਗੜੀਆ ਜੰਜ ਘਰ ਗੁਰਦੁਆਰਾ ਸਾਹਿਬ, ਉਹਨਾਂ ਦੀ ਸਾਰੀ ਕਮੇਟੀ, ਉਹਨਾਂ ਨਾਲ ਸਾਰੀਆਂ ਸੰਗਤਾਂ ਜਿਨ੍ਹਾਂ ਨੇ ਇਹ ਅੱਜ ਪ੍ਰਣ ਕੀਤਾ ਹੈ ਕਿ ਅਸੀਂ ਵਿਸਾਖੀ ਦਾ ਦਿਹਾੜਾ ਹਰ ਸਾਲ ਨਗਰ ਕੀਰਤਨ ਦੇ ਰੂਪ ਵਿੱਚ ਮਨਾਇਆ ਜਾਵੇਗਾ। ਅਸੀਂ ਇੱਕ ਵਾਰੀ
ਹੈਲੋ ਲਓ ਜੀ ਫੁੱਲਾਂ ਦੀ ਵਰਖਾ ਕਿੱਥੇ ਬਈ ਫੁੱਲ ਕਿੱਥੇ ਆ ਲਿਆਵੀ ਗੁਲਾਬ ਲੈ ਵੀ ਲੈ ਗੁਲਾਬ ਕਾਹੀ ਜਿਹੜਾ ਕਿਆ ਪਾ ਬੁਰਾ ਭਰਿਆ ਹੈ ਗੁਲਾਬਾਂ ਦਾ ਲੈ ਆਓ ਬਈ ਲੈ ਆਓ ਬਾਹਰ ਆ ਜਾਓ ਸੰਗਤਾਂ ਦੇ ਉੱਪਰ ਦੀ ਮਾਰੇ ਦੇ ਉੱਪਰ ਦੀ ਇੰਨੇ ਕੁ ਫੁੱਲ ਵਰਖਾਏ ਆ ਦੇਖੋ ਵਰਖਾ ਕੀਤੀ ਗੁਲਾਬ ਹੀ ਗੁਲਾਬ ਹੋ ਗਿਆ ਥੱਲੇ ਬਹੁਤ ਆਨੰਦ ਆਇਆ ਸੰਗਤਾਂ ਵੀ ਮਾਰੇ ਰੂਪ ਹੈ ਜਿਹੜੀਆਂ ਨਾਲ ਨਾਲ ਚੱਲ ਰਹੀਆਂ ਆ ਹੈਲੋ ਵਾਹਿਗੁਰੂ ਦੇ ਆਹੋ ਆਹ ਬੰਦਾ ਫੋਟੋਗ੍ਰਾਫਰ ਸੀ ਮੇਰੀ ਜਗ੍ਹਾ ਅਤੇ ਮੇਰੀ ਜਗ੍ਹਾ ਸੇਵਾ ਇਹਦੇ ਬੰਦੇ ਨੇ ਕੀਤੀ ਅੱਜ ਤਾਂ ਤੁਸੀਂ ਮੈਨੂੰ ਵੀਡੀਓ ਦੇਖ ਪਾਏ ਆ ਨਹੀਂ ਤਾਂ ਮੇਰਾ ਕੰਮ ਕੈਮਰੇ ਦੇ ਪਿੱਛੇ ਹੀ ਹੁੰਦਾ ਆ ਕਿਉਂ ਬਈ ਥੈਂਕ ਯੂ ਤੇਰਾ ਬਹੁਤ ਬਹੁਤ ਠੀਕ ਆ ਇੱਧਰ ਸਾਡੇ ਮਾਤਾ ਜੀ ਖੜੇ ਆ ਹੈਲੋ ਇੱਧਰ ਸਾਡੀ ਭਤੀਜੀ ਹੈਲੋ ਹੈਲੋ ਗੱਲ ਆਪਣੀ ਫਤਿਹ
ਇਹ ਫਤਿਹ ਆ ਜੀ ਬਾਏ। ਇਹਦਾ ਸਾਡਾ ਪੀਤਾ, ਇਹਦਾ ਗਗਨ, ਆ ਦੋਨੇ ਗਗਨ ਆ ਜੀ, ਤੇ ਇਹਦਾ ਹਿਸਾਬ ਦਾ ਬਾਅਦ ਦੱਸਾਂਗੇ ਤੁਹਾਨੂੰ। ਸਾਡੇ ਧਾਲੀਵਾਲ ਅੰਕਲ ਜੀ, ਸਭ ਤੋਂ ਪੁਰਾਣਾ ਜਮਸ਼ੇਦ ਦਾ ਲਾਈਟ ਐਂਡ ਸਾਊਂਡ ਅੰਕਲ ਜੀ ਕੋਲ ਹੁੰਦਾ ਜੀ, ਧਾਲੀ ਸਾਊਂਡ ਧਾਲੀਵਾਲ ਲਾਈਟ ਐਂਡ ਸਾਊਂਡ। ਕਿਉਂ ਅੰਕਲ ਜੀ ਨਹੀਂ ਨਹੀਂ ਵੇਖ ਕੀ ਹੋਇਆ, ਮਸ਼ਹੂਰੀ ਸੀਗਾ ਸੀ ਨਾ, ਇਹ ਕਹਿੰਦੇ ਪੁਰਾਣੇ ਸਭ ਤੋਂ। ਹਾਂ, ਨਗਰ ਕੀਰਤਨ ਆਪਣੇ ਪਹਿਲੇ ਪੜਾਅ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਸਿੰਘ ਸਭਾ ਵਿਚਕਾਰਲਾ ਵਿਖੇ ਪਹੁੰਚਣ ਲੱਗਿਆ, ਸੋ ਕਮੇਟੀ ਮੈਂਬਰ ਖੜੇ ਸਾਰੇ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਆਇਆਂ ਆਖਣ ਨੂੰ, ਪੂਰੇ ਨਗਰ ਕੀਰਤਨ ਨੂੰ, ਮਹਾਰਾਜ ਜੀ ਨੂੰ ਆਖਣ ਨੂੰ ਖੜੇ ਆ ਜੀ। ਸੋ ਨਗਰ ਕੀਰਤਨ ਵੀ ਪਹੁੰਚ ਚੁੱਕਾ ਬਿਲਕੁਲ ਆਪਣੇ ਲਾਗੇ ਜੀ।
ਪਹਿਲੇ ਪੜਾਅ ਦੀ ਸਮਾਪਤੀ ਹੋ ਚੁੱਕੀ ਆ ਅਤੇ ਨਗਰ ਕੀਰਤਨ ਦੂਜੇ ਪੜਾਅ ਲਈ ਆਰੰਭ ਤਾਂ ਅੱਗੇ ਵਧਣ ਲੱਗਾ ਜੀ। ਅਤੇ ਪਹਿਲੇ ਪੜਾਅ ਲਈ ਆਪਣੇ ਨਾਲ ਜਸ਼ਾਨ ਕੌਰ ਵੀ ਆਈ ਸੀਗੀ। ਹਾਂਜੀ ਬਾਬਾ ਇੱਧਰ ਗੱਲਾਂ ਕਰੀ ਜਾਂਦੇ ਹਾਂ। ਸੋ ਪਹਿਲੇ ਪੜਾਅ ਦੇ ਦਰਸ਼ਨ ਮੇਲੇ ਕਰਕੇ ਹੁਣ ਜਾਣਗੇ ਵਾਪਸ, ਭੈਣ ਆ ਗਈ ਲੈਣ ਸੁਖਵੀਰ ਕੌਰ। ਹੈਲੋ ਓਏ ਲਓ ਜੀ, ਕਿਸ਼ਾਨ ਕੌਰ ਵੀ ਆਪਣੇ ਨਾਲ ਚੱਲੀ ਆ ਨਗਰ ਕੀਰਤਨ 'ਤੇ, ਤਾਂ ਸਾਡੀ ਭੈਣ ਸਤਵੀਰ ਕੌਰ, ਇਹਦੀ ਡਿਊਟੀ ਹੁੰਦੀ ਪੱਕੀ ਇਹਨੂੰ ਲੈ ਕੇ ਜਾਣਾ। ਅੱਜ ਵੀ ਅੱਛਾ ਨਵਾਂ ਅਸਿਸਟੈਂਟ ਮਿਲ ਗਿਆ, ਅਸਿਸਟੈਂਟ ਨਵਾਂ ਮਿਲ ਗਿਆ ਕਿਸ਼ਾਨ ਕੌਰ ਨੂੰ ਅੱਜ। ਹਾਂ ਠੀਕ ਆ, ਚੱਲ ਪਤਾ ਬਲਾ ਜ਼ੋਰ ਨਾ ਬੁਲਾ ਦੇ। ਗੁਰਦੁਆਰਾ ਗੁਰੂ ਨਾਨਕ ਦੇਵ ਸਿੰਘ ਸਭਾ ਤੋਂ ਚੱਲ ਕੇ ਦੂਜੇ ਪੜਾਅ ਸ਼੍ਰੀ ਗੁਰੂ ਨਾਨਕ ਦੇਵ ਸਿੰਘ ਸਾਹਿਬ ਸੜਕਵਾੜਾ ਵਿਖੇ ਪਹੁੰਚਿਆ ਨਗਰ ਕੀਰਤਨ। ਸੋ ਬਹੁਤ ਵੱਡੀ ਗਿਣਤੀ ਦੇ ਸੰਗਤਾਂ ਨਾਲ ਜੁੜੀਆਂ ਹੋਈਆਂ ਆ, ਮਹਾਰਾਜ ਨੇ ਕਿਰਪਾ ਕੀਤੀ। ਮੌਸਮ ਵੀ ਬਹੁਤ ਵਧੀਆ, ਠੰਡਾ ਮੌਸਮ ਆ ਜੀ, ਜ਼ਿਆਦਾ ਗਰਮੀ ਨਹੀਂ ਹੈਗੀ। ਸੋ ਪਹਿਲੀ ਵਾਰ ਇਹ ਨਗਰ ਕੀਰਤਨ ਜਮਸ਼ੇਦ ਖਾਂ 'ਚ ਨਿਕਲ ਰਿਹਾ ਇਸ ਵੇਲੇ ਵਿਸਾਖੀ ਦੇ ਮੌਕੇ 'ਤੇ।
ਵਾਹਿਗੁਰੂ ਸਿਮਰਨ ਕਰਾਉਂਦੇ ਆ, ਝਾੜੂ ਦੀ ਸੇਵਾ ਇਹਨਾਂ ਦੀ ਹੁੰਦੀ ਆ। ਸੋ ਬਹੁਤ ਵਧੀਆ ਉਪਰਾਲਾ ਕਰਦੇ ਭੈਣ ਹੋਣੀ।
ਕਦੇ ਵੀ ਨਾ ਥੱਕੀਏ। ਸਤਨਾਮ ਜਪੀਏ ਕਦੇ ਵੀ ਨਾ ਥੱਕੀਏ, ਸਤਨਾਮ ਜਪੀਏ ਕਦੇ ਵੀ ਨਾ ਥੱਕੀਏ, ਸਤਨਾਮ ਜਪੀਏ ਕਦੇ ਵੀ ਨਾ ਥੱਕੀਏ, ਸਤਨਾਮ ਜਪੀਏ ਕਦੇ ਵੀ ਨਾ ਥੱਕੀਏ। ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ। ਤੀਜਾ ਪੜਾਅ ਜਿਹੜਾ ਗੁਰਦੁਆਰਾ ਬਾਬਾ ਜੀ ਸਿੰਘ ਜੀ ਭਾਈ ਜੱਤਾ ਜੀ ਦੇ ਸਥਾਨ ਤੇ ਹੋ ਰਿਹਾ ਜੀ, ਤੇ ਨਗਰ ਕੀਰਤਨ ਬਿਲਕੁਲ ਪਹੁੰਚ ਚੁੱਕਾ ਆ। ਗੁਰੂ ਘਰ ਦੇ ਸਾਰੇ ਸੇਵਾਦਾਰ ਸਵਾਗਤਾਂ ਇੰਤਜ਼ਾਰ ਦੇ ਵਿੱਚ ਹੱਥਾਂ ਦੇ ਫੁੱਲ ਲੈ ਕੇ ਛੱਡ ਦਈਏ।
ਸੋ ਇਹ ਸਾਰੇ ਬੱਚੇ ਬਹੁਤ ਜ਼ਿਆਦਾ ਪਿਆਰ ਬਹੁਤ ਪਿਆਰ ਕਰਦੇ ਆ ਬੱਚੇ, ਅਤੇ ਜਦੋਂ ਵੀ ਕੋਈ ਨਗਦ ਪ੍ਰੋਗਰਾਮ ਹੁੰਦਾ ਵੀਡੀਓ ਬਣਾਉਣੀ ਹੁੰਦੀ ਆ ਤਾਂ ਵਾਹਿਗੁਰੂ ਜੀ ਕੀ ਫਤਿਹ, ਇਹਨਾਂ ਨੂੰ ਚਾਅ ਹੁੰਦਾ ਬਹੁਤ ਕਿ ਸਾਡੀ ਵੀਡੀਓ ਵੀ ਬਣਾਓ। ਸੋ ਪਿਆਰੇ ਬੱਚੇ ਆ ਬਹੁਤ ਜ਼ਿਆਦਾ, ਅਤੇ ਸਾਰੇ ਜਦੋਂ ਹੁਣ ਮਿਲ ਹਾਂਜੀ ਹਾਂਜੀ ਰੌਲਾ ਨਹੀਂ ਪਾਉਣਾ, ਅਤੇ ਜਦੋਂ ਵੀ ਮਿਲਦੇ ਆ ਫਤਿਹ ਗਜਾਉਂਦੇ, ਸਭ ਤੋਂ ਵੱਡੀ ਗੱਲ ਆ ਫਤਿਹ ਵਜਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੰਨੇ ਚੰਗੇ ਬੱਚੇ ਆ ਇਹ, ਅਤੇ ਸਾਰੇ ਸਬਸਕ੍ਰਾਈਬਰ ਆ, ਅਤੇ ਇੱਧਰੋਂ ਤੀਜੇ ਪੜਾਅ ਦੀ ਵੀ ਸਮਾਪਤੀ ਹੋ ਚੁੱਕੀ ਆ, ਆਪਾਂ ਚੌਥੇ ਪੜਾਅ ਲਈ ਬਲ ਵੱਧ ਰਹੇ ਹਾਂ ਜੀ, ਅਤੇ ਸੰਗਤਾਂ ਬਹੁਤ ਵੱਡੀ ਗਿਣਤੀ ਵਿੱਚ ਹੋਰ ਜੁੜ ਚੁੱਕੀਆਂ ਆ, ਜਿੱਦਾਂ ਜਿੱਦਾਂ ਨਗਰ ਕੀਰਤਨ ਅੱਗੇ ਵੱਧ ਰਿਹਾ ਆ ਸੰਗਤਾਂ ਹੋਰ ਨਾਲ ਜੁੜਦੀਆਂ ਜਾ ਰਹੀਆਂ ਆ। ਸਾਡੀ ਇਹ ਵਾਲੀ ਸਬਸਕ੍ਰਾਈਬਰ ਆ ਹੁਣੇ ਹੁਣੇ ਇਹਨੇ ਸਿੱਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿਣੀ। ਹਾਂ ਬੇਟਾ ਬੋਲ ਕੇ ਦਿਖਾਓ, ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਕਾ ਨਾਮ ਕਿਆ ਹੈ? ਹਾਂ ਇਸਕਾ ਨਾਮ ਹੈ ਗੌਰ ਸ਼ਾਹ। ਆਪ ਕਹਾਂ ਸੇ ਹੋ? ਉਹ ਘਰ ਹੈ ਆਪਕਾ? ਲਓ ਜੀ ਉਹ ਘਰ ਹੈ ਕੁੜੀ ਦਾ, ਅਤੇ ਜਦੋਂ ਆਪਾਂ ਦੇਖਦੀ ਆ ਜ਼ਰੂਰ ਮਿਲਣ ਆਉਂਦੀ ਆ, ਬਹੁਤ ਪਿਆਰੀ ਬੱਚੀ ਆ। ਅਤੇ ਹੁਣ ਐਸਾ ਬੋਲਣਾ ਹੈ, ਠੀਕ ਹੈ? ਹੁਣ ਕੀ ਬੋਲਣਾ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੋਂ ਠੀਕ ਹੈ, ਜਦ ਮੇਰੇ 'ਤੇ ਮਿਲਣਾ ਇਹੀ ਬੋਲਣਾ ਹੈ, ਠੀਕ ਹੈ? ਓਕੇ ਬਾਏ ਬਾਏ। ਅੱਛਾ ਇਸਕੀ ਵੀ ਬਣਾਉਣੀ ਹੈ? ਲਓ ਜੀ ਇਸਕੀ ਫਰੈਂਡ ਹੈ, ਉਹਦੀ ਇਸਕੀ ਵੀ ਵੀਡੀਓ ਬਣਾ। ਲਓ ਜੀ ਕੁੜੀ ਕਹਿੰਦੀ ਸਾਰਿਆਂ ਦੀ ਵੀਡੀਓ ਬਣਾ ਕੇ ਜਾਓ। ਲਓ ਜੀ ਠੀਕ ਹੈ, ਅਬ ਸਭ ਕੀ ਬਣ ਗਈ, ਠੀਕ ਹੈ? ਅਬ ਨਗਰ ਕੀਰਤਨ ਆ ਰਿਹਾ, ਠੀਕ ਹੈ? ਅਬ ਕਿਆ ਦੇਖਣਾ? ਨਗਰ ਕੀਰਤਨ ਦੇਖਣਾ ਨਾ, ਮਾਥਾ ਟੇਕਣਾ, ਠੀਕ ਹੈ ਬਾਬਾ ਜੀ ਕੋ, ਠੀਕ ਹੈ?
ਬਾਹਰੋਂ ਆਏ ਆ ਅਤੇ ਮਿਲੇ ਅੱਜ, ਕਹਿੰਦੇ ਤੁਹਾਡਾ ਸਾਰਾ ਪ੍ਰੋਗਰਾਮ ਦੇਖਦੇ ਸਬਸਕ੍ਰਾਈਬਰ ਆ ਆਪਣੇ, ਬਹੁਤ ਚੰਗਾ ਲੱਗਦਾ ਜਦੋਂ ਬਾਹਰ ਦੇ ਪ੍ਰਦੇਸੀ ਆ ਕੇ ਆਪਾਂ ਦੱਸਦੇ ਆ। ਚੌਥਾ ਤਾਂ ਅੰਤਿਮ ਪੜਾਅ ਗੁਰਦੁਆਰਾ ਰਾਮ ਝਰੋਖਾ ਵਿੱਚ ਹੋਵੇਗਾ ਅਤੇ ਨਗਰ ਕੀਰਤਨ ਨਗਾਰਾ ਦੀ ਚੋੜ ਅਤੇ ਸੰਗਤਾਂ ਦੀ ਪਰਿਵਾਰ ਬਿਲਕੁਲ ਪਹੁੰਚ ਗਿਆ ਜੀ ਮਾਨਾਂ ਦੀ ਬੱਤੀ। ਇੱਧਰ ਸਾਡਾ ਆਸਟ੍ਰੇਲੀਆ ਵਾਲਾ ਜੱਸੀ ਅਤੇ ਸਾਡੇ ਵੀਰ ਇੱਧਰ ਮੋਹਨ ਜੀ ਰਾਈਟਰ ਸਾਹਿਬ ਮੇਰਾ ਮਾਸੀ ਪੁੱਤਰ ਇਹ ਸੇਵਾ ਲੈ ਖੜੇ ਆ। ਕਿਆ ਬਾਤ ਆ ਜੀ, ਹੋਰ ਠੀਕ ਠਾਕ ਹੈ? ਬਹੁਤ ਵਧੀਆ। ਬਹੁਤ ਹੀ ਵਧੀਆ ਪ੍ਰਚਾਰ ਬੀਜੇ ਨੇ ਕੀਤਾ ਹੈ। ਇੰਟਰਨੈਸ਼ਨਲ ਪੱਧਰ ਤੁਹਾਡੀ ਜਗ੍ਹਾ ਭਾਈ ਅਨਵਾਰ ਸਿੰਘ ਖਾਲਸਾ ਜੀ ਬੋਲੇ ਸੋਨਿਹਾਰ ਸਤਿ ਸ੍ਰੀ ਅਕਾਲ, ਬੋਲੇ ਸੋਨਿਹਾਰ ਸਤਿ ਸ੍ਰੀ ਅਕਾਲ, ਬੋਲੇ ਸੋਨਿਹਾਰ ਸਤਿ ਸ੍ਰੀ ਅਕਾਲ। ਅਸੀਂ ਭਾਈ ਕੁਮਾਰ ਸਿੰਘ ਖਾਲਸਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਨਾਲ ਹੀ ਸੋਨੀ ਟੀਵੀ ਲਾਈਵ ਉਸ ਵੀਰ ਦਾ ਵੀ ਧੰਨਵਾਦ ਕਰਦੇ ਹਾਂ, ਪੀ ਐਸ ਜਮਸ਼ੇਰੀਆ ਕੋਈ ਲਾਈਵ ਚਲਾ ਰਹੇ ਉਹਨਾਂ ਦਾ ਧੰਨਵਾਦ ਕਰਦੇ ਹਾਂ, ਗ੍ਰੰਥੀ ਸਿੰਘ ਸਾਰੇ ਜਨ ਸਿੰਘਾਂ ਦਾ ਧੰਨਵਾਦ ਕਰਦੇ ਹਾਂ, ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦੇ ਹਾਂ, ਸਾਰੀਆਂ ਫਰੂਗਾ ਪ੍ਰੇਮੀਆਂ ਦਾ ਧੰਨਵਾਦ ਕਰਦੇ ਹਾਂ ਕਿ ਆਪਾਂ ਬੜੇ ਸਮੂਹੇ ਨਾਲ ਜਗਤ ਦੀ ਮਨਾਇਆ ਹੈ। ਪੰਜ ਸਿੰਘ ਸਹਿਬਾਨ ਆਹ
ਸਤਲੁਜ ਨਗਰ ਕੀਰਤਨ ਦੇ ਅੰਤਿਮ ਪੜਾਅ ਦੀ ਜਿਹੜੀ ਸਮਾਪਤੀ ਹੋ ਚੁੱਕੀ ਆ। ਆਪਾਂ ਵੀਰ ਇਕਬਾਲ ਸਿੰਘ ਜੀ ਢਾਡੀ ਜਥੇ ਵਾਲੇ ਜਿਹੜੇ ਸਾਡੇ ਕਵਾਏ ਸੀ ਅੱਜ, ਬਹੁਤ ਹੀ ਚੜ੍ਹਦੀ ਕਲਾ ਵਾਲੇ ਸਿੰਘ ਨੇ, ਪਹਿਲਾਂ ਤੋਂ ਪਿਆਰ ਆ ਉਹਨਾਂ ਨਾਲ, ਤੋਂ ਥੋੜ੍ਹਾ ਜਿਹਾ ਵਾਰਤਾਲਾਪ ਉਹਨਾਂ ਨਾਲ ਕਰਨ ਲੱਗ ਪਿਆ ਸੀ ਅਤੇ ਨਗਰ ਕੀਰਤਨ ਅੱਗੇ ਵੱਧ ਚੁੱਕਾ ਆ। ਸੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਅਤੇ ਕਮੈਂਟ ਕਰਿਓ ਅਤੇ ਵਧਾਈਆਂ ਸਾਰਿਆਂ ਨੂੰ ਫਿਰ ਇੱਕ ਵਾਰੀ ਖਾਲਸੇ ਦੇ ਸਾਜਨਾ ਦਿਵਸ ਦੀਆਂ।
ਵਾਹ ਵਾਹ ਗੋਬਿੰਦ ਸਿੰਘ, ਵਾਹ ਵਾਹ ਗੋਬਿੰਦ ਸਿੰਘ, ਆਪੇ ਗੋਰੇ ਚੇਲਾ, ਆਪੇ ਗੋਰੇ ਚੇਲਾ, ਆਪੇ ਗੋਰੇ ਚੇਲਾ, ਆਪੇ ਗੋਰੇ ਚੇਲਾ, ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ, ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ, ਸੋ ਨਿਹਾਲ, ਸੰਗਤ ਜੀ ਨਗਰ ਕੀਰਤਨ ਦੀ ਸਮਾਪਤੀ ਹੋ ਚੁੱਕੀ ਆ ਅਤੇ ਉਸ ਤੋਂ ਬਾਅਦ ਸੰਗਤਾਂ ਲਈ ਪ੍ਰਸ਼ਾਦਾ ਪਾਣੀ ਚੱਲ ਰਿਹਾ ਆ ਅਤੇ ਸੇਵਾਦਾਰ ਸਾਡੀ ਸੇਵਾ ਕਰ ਰਹੇ ਆ ਮੁਸਕਰਾ ਕੇ। ਹਾਂਜੀ ਠੀਕ ਆ, ਹਾਂਜੀ ਹਾਂਜੀ ਬਹੁਤ ਵਧੀਆ। ਆਪਾਂ ਵੀ ਪ੍ਰਸ਼ਾਦਾ ਪਾਣੀ ਛੱਕ ਕੇ ਜਾ ਰਹੇ ਹਾਂ ਘਰ ਨੂੰ। ਸੋ ਇੱਕ ਵਾਰ ਫਿਰ ਸਾਰੀਆਂ ਸੰਗਤਾਂ ਨੂੰ, ਦੇਸ਼ ਵਿਦੇਸ਼ ਵਿੱਚ ਬੈਠੇ ਸਾਡੇ ਪਰਿਵਾਰਾਂ ਨੂੰ ਵਿਸਾਖੀ ਦੀਆਂ ਬਹੁਤ ਬਹੁਤ ਵਧਾਈਆਂ। ਸੋ ਇਹ ਜਿਹੜੀ ਵਿਸਾਖੀ ਆਈ ਆ, ਇਹ ਖਾਲਸੇ ਦਾ ਪ੍ਰਗਟ ਦਿਹਾੜਾ ਆਇਆ ਆ, ਸਾਡੇ ਲਈ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਵੇ। ਅਤੇ ਸਿੰਘ ਸਜੋ ਕੇਸ ਰੱਖੋ ਗੁਰੂ ਵਾਲੇ ਬਣੀਏ ਆਪਾਂ। ਅਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟ ਕਰਿਓ। ਅਤੇ ਉਹ ਤਕਲੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਿਲਦੇ ਕਿਸੇ ਅਗਲੀ ਵੀਡੀਓ ਦੇ ਵਿੱਚ।